ਆਪਣਾਸਕਰ ਸਖਸਾਨਾ ਤਾਂ ਤੁਸੀਂ ਦੇ ਰਹੇ ਹੋ ਆਸ ਤੇ ਕਾਮਨੇ ਸਾਹਮਣੇ ਦੋਸਤੋ ਜਿਵੇਂ ਜਿਵੇਂ ਸਰਕਾਰ ਦੇ ਨਵੇਂ ਨਵੇਂ ਉਪਲਾਲੇ ਹੁੰਦੇ ਨੇ ਜਨਤਾ ਨੂੰ ਫਾਇਦੇ ਦੇਣ ਵਾਸਤੇ ਉਵੇਂ ਉਵੇਂ ਸਰਕਾਰ ਆਪਣੇ ਨਵੇਂ ਤੋਂ ਨਵੇਂ ਤਰੀਕੇ ਨਵੇਂ ਤੋਂ ਨਵੀਂ ਸਕੀਮਾਂ ਕੱਢਦੀ ਜਾ ਰਹੀ ਹੈ ਉਹ ਅਸੀਂ ਅੱਜ ਜਨਤਾ ਵਿੱਚ ਟਪਸਾ ਮੈਂ ਕੀ ਸਭ ਨਾਲ ਪਹਿਲਾਂ ਕਿ ਇਸ ਗੱਡੀ ਚਲਾਉਣ ਦਾ ਮੇਨ ਮਕਸਦ ਮੁਹਿੰਮ ਕੀ ਹੈ ਮੈਡਮ ਸਭ ਨਾਲ ਪਹਿਲਾਂ ਤੁਹਾਡਾ ਆਪਣੇ ਸਾਹਮਣੇ ਚ ਸਵਾਗਤ ਕੀਤਾ ਜਾਂਦਾ ਹੈ ਜਿਹੜੀ ਅੱਜ ਗੱਡੀ ਅਸੀਂ ਚਲਾ ਰਹੇ ਹਾਂ ਇਹ ਚ ਬਹੁਤ ਜਿਹੜੇ ਲੋਕਾਂ ਨੂੰ ਅਵੇਅਰਨੈਸ ਮਿਲੇਗੀ ਅਵੇਅਰਨੈਸ ਅਸੀਂ ਗੱਡੀ ਕਹਿ ਸਕਦੇ ਇਹ ਮੇਨ ਮਕਸਦ ਕੀ ਹੈ ਚਲਾਉਣ ਦਾ ਮੈਡਮ ਦੇਖੋ ਇਹ ਜਿਹੜੀ ਅਵੇਅਰਨੈਸ ਅਸੀਂ ਵੈਨ ਚਲਾ ਰਹੇ ਹਾਂ ਇਹ ਸਾਨੂੰ ਸਟੇਟ ਲੈਵਲ ਤੋਂ ਚੰਡੀਗੜ੍ਹ ਤੋਂ ਸਾਡੇ ਉੱਤੇ ਜਿਹੜੇ ਹੈਲਥ ਮਿਨਿਸਟਰ ਸਾਹਿਬ ਉਹਨਾਂ ਨੇ ਫਲੈਗ ਆਫ ਕੀਤੀਆਂ ਸੀਗੀਆਂ ਕੁਛ ਦਿਨ ਪਹਿਲਾਂ ਅਤੇ ਉਹ ਹੁਣ ਸਾਡੇ ਡਿਸਟ੍ਰਿਕਟ ਦੇ ਵਿੱਚ ਅਜੇ ਆਈ ਹੈ ਅਵੇਅਰਨੈਸ ਵੈਨ ਇਹਦਾ ਮੇਨ ਮਕਸਦ ਹੈਗਾ ਐਚ ਆਈ ਵੀ ਦੀ ਜਿਹੜੀ ਬਿਮਾਰੀ ਹੈਗੀ ਹੈ ਉਹਦੇ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਵੇਨ ਕਿਤੇ ਕਿਤੇ ਮੋਟਿਵ ਹੋ ਕੇ ਮੋਟਿਵ ਵੀ ਲੋਕਾਂ ਨੂੰ ਖੜੇ ਹੋ ਕੇ ਕਰਕੇ ਜਾਂ ਚੱਲਦੀ ਫਿਲਦੀ ਰਹੇਗੀ ਨਹੀਂ ਅਸੀਂ ਇਹ ਕੁਛ ਜਿਹੜੇ ਹੈਗੇ ਸਾਰੇ ਬਲੋਕਸ ਦੇ ਵਿੱਚ ਅਸੀਂ ਇਹਨੂੰ ਇਹਦਾ ਟਾਈਮ ਜਿਹੜਾ ਡਿਵਾਈਡ ਕੀਤਾ ਸਾਰੇ ਬਲੋਕਾਂ ਦੇ ਵਿੱਚ ਜਾਏਗੀ ਕੁਛ ਜਗ੍ਹਾ ਤੇ ਜਿਵੇਂ ਕੋਈ ਹਸਪੀਟਲ ਹੈਗਾ ਜਾਂ ਜਿਹੜੇ ਕਾਮਨ ਪਬਲਿਕ ਪਲੇਸਿਸ ਹੈ ਜਿੱਥੇ ਜ਼ਿਆਦਾ ਲੋਕਾਂ ਦਾ ਫੁੱਟਵਾਕ ਹੁੰਦਾ ਹੈ ਉੱਥੇ ਖੜੀ ਹੋ ਕੇ ਤਾਂ ਕਿ ਲੋਕੀ ਉੱਥੇ ਇਕੱਠੇ ਹੋ ਕੇ ਦੇਖ ਸਕਣ ਇਹਦੇ ਵਿੱਚ ਟੀਵੀ ਦੇ ਵਿੱਚ ਲਗਾਤਾਰ ਜਿਹੜੀ ਮੂਵੀ ਬਣਾਈ ਗਈ ਹੈ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਵੀ ਐਚ ਆਈ ਵੀ ਕੀ ਬਿਮਾਰੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਇਹਦੇ ਤੋਂ ਬਚਿਆ ਜਾ ਸਕਦਾ ਹੈ ਅਤੇ ਕੀ ਜਿਹੜੇ ਵਹਿਮ ਭਰਮ ਲੋਕਾਂ ਨੇ ਇਹਦੇ ਵਾਸਤੇ ਪਾਲੇ ਹੋਏ ਆਪਣੇ ਦਿਮਾਗ ਦੇ ਵਿੱਚ ਕਿ ਪਤਾ ਨਹੀਂ ਹੱਥ ਲਗਾਉਣ ਨਾਲ ਇਹ ਬਿਮਾਰੀ ਫੈਲ ਜਾਂਦੀ ਹੈ ਛੂਹਣ ਨਾਲ ਫੈਲ ਜਾਂਦੀ ਹੈ ਜਾਂ ਖਾਣਾ ਖਾਣ ਨਾਲ ਫੈਲ ਜਾਂਦੀ ਹੈ ਸੋ ਇਹ ਜਿਹੜੇ ਭਰਮ ਸਾਰੇ ਲੋਕਾਂ ਦੇ ਮਨ ਦੇ ਵਿੱਚ ਨਿਕਲਣਗੇ ਅਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਦਾਨ ਬਚਾਉਣਾ ਹੈਗਾ ਪਲੱਸ ਖੂਨ ਦਾਨ ਜਿਹੜਾ ਹੈਗਾ ਮਹਾਂਦਾਨ ਹੈ ਉਹਦੇ ਬਾਰੇ ਵੀ ਇਹਦੇ ਵਿੱਚ ਅਵੇਅਰਨੈਸ ਕੀਤੀ ਗਈ ਹੈ ਕਿ ਅਸੀਂ ਕਿਵੇਂ ਇਨਸਾਨੀ ਜ਼ਿੰਦਗੀ ਜਿਹੜੀ ਹੈ ਬਹੁਤ ਅਮੁੱਲੀ ਹੁੰਦੀ ਹੈ ਸੜਕਾਂ ਮੈਸੇਜ ਦੇਖੋ ਇਹ ਜਿਸ ਅਵੇਅਰਨੈਸ ਕਰਕੇ ਅਸੀਂ ਇਹ ਵੈਨ ਜਿਹੜੀ ਹੈ ਕ੍ਰੀਏਟ ਕੀਤੀ ਗਈ ਹੈ ਉਹ ਇਹੀ ਮੈਸੇਜ ਦੇਣਾ ਕਿ ਜਿਹੜਾ ਐਚ ਆਈ ਵੀ ਦੀ ਬਿਮਾਰੀ ਇਹ ਹੈਗੀ ਹੈ ਇਹ ਹੁਣ ਲਾ ਇਲਾਜ ਬਿਮਾਰੀ ਨਹੀਂ ਰਹੀ ਕਿਸੇ ਜ਼ਮਾਨਾ ਸੀਗਾ ਕਿ ਇਹ ਲੱਗਦਾ ਸੀ ਕਿ ਇੱਕ ਵਾਰੀ ਐਚ ਆਈ ਵੀ ਹੋ ਗਿਆ ਤਾਂ ਸ਼ਾਇਦ ਬੰਦੇ ਨੇ ਮਾਰੀ ਜਾਣਾ ਸੋ ਇਹ ਲਾ ਇਲਾਜ ਨਹੀਂ ਹੈ ਇਹਦਾ ਪੂਰਾ ਇਲਾਜ ਹੁੰਦਾ ਔਰ ਵਹਿਮਾਂ ਭਰਮਾਂ 'ਚ ਨਹੀਂ ਰਹਿਣਾ ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਕੋਈ ਵੀ ਸਿੰਪਟਮਸ ਨਜ਼ਰ ਆਉਂਦੇ ਆ ਤਾਂ ਸਾਡੇ ਕੋਲ ਇੱਥੇ ਪੂਰਾ ਇਲਾਜ ਜਿਹੜਾ ਹੈਗਾ ਮੁਫਤ ਅਵੇਲੇਬਲ ਹੈਗਾ ਸਾਡੇ ਸਿਵਲ ਹਸਪਤਾਲ ਦੇ ਵਿੱਚ ਏ ਆਰ ਟੀ ਸੈਂਟਰ ਅਸੀਂ ਇਹਨੂੰ ਕਹਿੰਦੇ ਹਾਂ ਉੱਥੇ ਮਰੀਜ਼ ਆ ਕੇ ਆਪਣੇ ਸਾਰੇ ਟੈਸਟ ਕਰਵਾ ਸਕਦਾ ਜਿਹਨੂੰ ਕਨਫਰਮ ਹੁੰਦਾ ਕਿ ਇਹਨੂੰ ਐਚ ਆਈ ਵੀ ਦੀ ਬਿਮਾਰੀ ਹੈਗੀ ਹੈ ਤਾਂ ਉਹਦਾ ਪੂਰਾ ਇਲਾਜ ਜਿਹੜਾ ਹੈਗਾ ਇੱਥੇ ਫ੍ਰੀਲੀ ਅਵੇਲੇਬਲ ਹੈ ਬਿਲਕੁਲ ਦੋਸਤੋ ਤੁਹਾਨੂੰ ਇੱਕ ਹੋਰ ਅਸੀਂ ਅਵੇਅਰਨੈਸ ਕਰਨ ਜਾ ਰਹੇ ਹਾਂ ਕਿ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਮਰੀਜ਼ ਨੂੰ ਜਾਂ ਹੋਰ ਕਿਸੇ ਵੀਰ ਭਰਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੈ ਸਿੰਟਮ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਉਹਨੂੰ ਅਵੇਅਰਨੈਸ ਨਹੀਂ ਹੈ ਤਾਂ ਸਿਵਲ ਹਸਪੀਟਲ ਜਾ ਕੇ ਡਾਕਟਰ ਨਾਲ ਸੰਪਰਕ ਕਰਕੇ ਆਪਣੇ ਵੱਧ ਤੋਂ ਵੱਧ ਜੋ ਸਰਕਾਰੀ ਲਾਭ ਉਠਾ ਸਕਦਾ ਹੈ ਕੈਮਰਾਮੈਨ ਦੇ ਨਾਲ ਐਸ ਕੇ ਸਕਸੈਨਾ ਆਸ ਤੇ ਕਾਮਨੇ ਸਾਹਮਣੇ ਜਲੰਧਰ ਤੋਂ